ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਪੰਜਾਬ ਬੋਰਡ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੇ ਫਾਈਨਲ ਪੇਪਰਾਂ ਦੇ ਰਿਜ਼ਲਟ ਬਾਰੇ। ਵਿਦਿਆਰਥੀਆਂ ਦੇ ਕਾਫੀ ਜ਼ਿਆਦਾ ਕਮੈਂਟਸ ਆ ਰਹੇ ਨੇ ਕਿ ਸਾਡਾ ਰਿਜ਼ਲਟ ਕਦੋਂ ਆਵੇਗਾ ਅਤੇ ਅਸੀਂ ਨੇ ਜਦੋਂ ਸਾਡਾ ਰਿਜ਼ਲਟ ਆ ਗਿਆ ਤਾਂ ਉਹ ਅਸੀਂ ਨੇ ਕਿਸ ਤਰ੍ਹਾਂ ਚੈੱਕ ਕਰਨਾ ਹੋਵੇਗਾ। ਤਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਡਾਊਟਸ ਨੇ ਉਹ ਸਾਰੇ ਕਲੀਅਰ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਦੀਆਂ ਪਲ ਪਲ ਦੀਆਂ ਖਬਰਾਂ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਪੰਜਾਬ ਬੋਰਡ ਦੀਆਂ ਅਤੇ CBSE ਬੋਰਡ ਦੀਆਂ। ਤਾਂ ਹੁਣੇ ਦੀ ਹੁਣੇ ਆਪਾਂ ਤੁਹਾਨੂੰ ਦੱਸ ਦਿਆਂ ਤੁਹਾਡਾ ਇਹ ਰਿਜ਼ਲਟ ਹੈਗਾ 10ਵੀਂ, 12ਵੀਂ, 5ਵੀਂ, 8ਵੀਂ ਤੱਕ ਕਦੋਂ ਆਵੇਗਾ। ਹਾਂਜੀ, ਜੇਕਰ ਆਪਾਂ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਜਿਹੜਾ ਪਿਛਲੀ ਵਾਰ ਸੀਗਾ 10ਵੀਂ ਜਮਾਤ ਦਾ ਰਿਜ਼ਲਟ 2023 ਦਾ, ਉਹ ਆਇਆ ਸੀਗਾ 25 ਮਈ ਨੂੰ, ਅਤੇ ਜਿਹੜਾ 12ਵੀਂ ਦਾ ਆਇਆ ਸੀਗਾ ਉਹ ਆ ਗਿਆ ਸੀਗਾ ਇੱਕ ਦਿਨ ਪਹਿਲਾਂ, ਯਾਨੀ ਕਿ 24 ਮਈ ਨੂੰ ਰਿਜ਼ਲਟ। ਅਤੇ ਜੇਕਰ ਆਪਾਂ ਉਹਨਾਂ ਦੇ ਪੇਪਰਾਂ ਬਾਰੇ ਗੱਲ ਕਰੀਏ ਤਾਂ ਪਿਛਲੀ ਵਾਰ ਸੀਗੇ ਜਿਹੜੇ ਪੇਪਰ ਸੀਗੇ ਉਹ 1 ਮਹੀਨਾ ਜਿਹੜੇ ਹੋਏ ਸੀਗੇ ਉਹ ਅੱਗੇ ਚੱਲੇ ਸੀ ਐਜ਼ ਕੰਪੇਅਰ ਇਸ ਵਾਰ। ਤਾਂ ਇਸ ਵਾਰ ਜਿਹੜਾ ਹੈਗੇ ਨੇ, ਤੁਹਾਨੂੰ ਪਤਾ ਹੀ 10ਵੀਂ ਕਲਾਸ ਦੇ ਜਿਹੜੇ ਪੇਪਰ ਨੇਗੇ ਉਹ 3/3/2024 ਨੂੰ ਜਿਹੜੇ ਉਹ ਖਤਮ ਹੋ ਚੱਲੇ ਸੀਗੇ, ਯਾਨੀ ਕਿ ਖਤਮ ਹੋ ਗਏ ਨੇ। ਅਤੇ ਜਿਹੜੇ 12ਵੀਂ ਦੇ ਨੇ ਉਹ 3/3 ਨੂੰ ਖਤਮ ਹੋ ਗਏ ਨੇ, ਠੀਕ ਹੈ ਜੀ। ਅੱਜ 31 ਆ ਅਤੇ 30 ਨੂੰ ਜਿਹੜੇ ਖਤਮ ਹੋ ਗਏ ਨੇ ਇਹਨਾਂ ਪੇਪਰ। ਤਾਂ ਜਿਹੜੇ ਤੁਹਾਡੇ ਜਿਹੜੇ ਪੇਪਰ ਨੇ ਉਹ ਖਤਮ ਹੋ ਚੱਲੇ ਨੇ, ਅਤੇ ਜਿਹੜੇ ਰਿਜ਼ਲਟ ਹੈਗਾ ਉਹ ਰਿਜ਼ਲਟ ਬਣਾਉਣ ਦੇ ਲਈ ਜਿਹੜਾ ਮਹੀਨੇ ਦਾ ਟਾਈਮ ਲੱਗ ਜਾਂਦਾ। ਤਾਂ ਤੁਹਾਨੂੰ ਮੈਂ ਗੈਸ ਲਗਾ ਕੇ ਦੱਸਾਂ, ਐਜ਼ ਇਨ ਕੰਪੇਅਰ ਵਿਦ ਲਾਸਟ ਈਅਰ, ਤਾਂ ਜਿਹੜਾ ਤੁਹਾਡਾ ਜਿਹੜਾ ਰਿਜ਼ਲਟ ਹੈਗਾ ਉਹ ਆ ਜਾਵੇਗਾ ਜਿਹੜਾ ਅਪ੍ਰੈਲ ਦੇ ਜਿਹੜਾ ਲਾਸਟ ਵੀਕ ਜਾਂ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਤੁਹਾਡਾ ਜਿਹੜਾ ਰਿਜ਼ਲਟ ਉਹ ਲਾਣ ਦਿੱਤਾ ਜਾਵੇਗਾ। ਅਤੇ ਹੁਣੇ ਹੁਣ ਇੱਕ ਨੋਟ ਵੀ ਆਏਗਾ, ਪ੍ਰੈਸ ਨੋਟ, ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ, ਮੈਂ ਤੁਹਾਨੂੰ ਦਿਖਾ ਰਿਹਾ ਹਾਂ ਸਕਰੀਨ ਉੱਤੇ, ਤੁਸੀਂ ਦੇਖ ਸਕਦੇ ਹੋਗੇ। ਹਾਂਜੀ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰੈਸ ਨੋਟ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਰਚ 2024 ਦੀਆਂ ਸਾਲਾਨਾ ਪ੍ਰੀਖਿਆਵਾਂ ਸੰਬੰਧੀ ਪ੍ਰਯੋਗੀ ਵਿਸ਼ਿਆਂ ਦੇ ਅੰਕ ਆਨਲਾਈਨ ਕਰਨ ਸੰਬੰਧੀ, ਮਤਲਬ ਜਿਹੜੇ ਤੁਹਾਡੇ ਪੇਪਰ ਨੇਗੇ, ਠੀਕ ਹੈ ਜੀ, ਉਹਨਾਂ ਦੇ ਜਿਹੜੇ ਅੰਕ ਨੇਗੇ ਉਹ ਅਪਲੋਡ ਕਰਨੇ ਪੈਂਦੇ ਨੇਗੇ ਬੋਰਡ 'ਚ, ਠੀਕ ਹੈ ਜੀ, ਜਿਹੜੇ ਟੀਚਰ ਉਹ ਹੁੰਦੇ ਨੇਗੇ ਉਹ ਅਪਲੋਡ ਕਰਦੇ ਹੁੰਦੇ ਨੇ। ਇਹਨਾਂ ਨੇ ਸਮਾਂ ਦਿੱਤਾ ਗਾ ਬੋਰਡ ਨੇ, ਕਿ ਸਮਾਂ ਕਿੱਥੋਂ ਦਿੱਤਾ ਗਾ, 18/3/2024 ਤੋਂ ਲੈ ਕੇ 10/4/2024 ਤੱਕ ਜਿਹੜਾ ਸਮਾਂ ਦਿੱਤਾ ਗਿਆ ਹੈਗਾ ਟੀਚਰਾਂ ਨੂੰ ਕਿ ਉਹ ਜਿਹੜੇ ਨੰਬਰ ਨੇਗੇ ਪੇਪਰ ਚੈੱਕ ਕਰਕੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ 'ਤੇ ਅਪਲੋਡ ਕਰ ਦਿੱਤੇ ਜਾਣ। ਤਾਂ ਜਿਹੜਾ ਤੁਹਾਡਾ ਰਿਜ਼ਲਟ ਹੈਗਾ 10 ਤਰੀਕ ਤੱਕ ਤਾਂ ਜਿਹੜੇ ਤੁਹਾਡੇ ਟੀਚਰ ਨੇਗੇ ਉਹ ਅਪਲੋਡ ਕਰਨਗੇ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਜਿਹੜਾ ਪੂਰੀ ਉਹ ਡਿਟੇਲਸ ਲੱਗਦੀਆਂ ਹੁੰਦੀਆਂ ਨੇ ਕਿ ਪੰਜਾਬ ਬੋਰਡ ਸਾਰੀ ਵੈਰੀਫਿਕੇਸ਼ਨ ਕਰਕੇ ਉਸ ਨੂੰ ਲੱਗਦੇ ਹੁੰਦੇ ਨੇ ਕਿ 20 ਦਿਨ ਲੱਗ ਜਾਣਗੇ। ਤਾਂ ਤੁਹਾਨੂੰ ਮੈਂ ਦੱਸ ਦਿੰਦਾ ਇੱਥੋਂ ਸਿੱਧ ਹੋ ਰਿਹਾ ਕਿ ਜਿਹੜਾ ਤੁਹਾਡਾ ਰਿਜ਼ਲਟ ਹੈਗਾ, ਠੀਕ ਹੈ ਜੀ, 5ਵੀਂ, 8ਵੀਂ, 10ਵੀਂ ਅਤੇ 12ਵੀਂ ਦਾ ਇਹੀ ਆ ਜਾਵੇਗਾ ਮਈ ਦੇ, ਠੀਕ ਹੈ ਜੀ, ਪਹਿਲੇ ਹਫ਼ਤੇ ਜਾਂ ਅਪ੍ਰੈਲ ਦੇ ਲਾਸਟ ਵੀਕ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਲਾਣ ਦਿੱਤਾ ਜਾਵੇਗਾ। ਜਦੋਂ ਵੀ ਰਿਜ਼ਲਟ ਰਿਲੇਟਡ ਕੋਈ ਹੋਰ ਪ੍ਰੈਸ ਨੋਟ ਆਉਂਦਾ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ 'ਤੇ ਅਪਡੇਟ ਮਿਲ ਜੂਗੀ। ਚੈਨਲ ਨੂੰ ਹੁਣੇ ਦੁਣੇ ਸਬਸਕ੍ਰਾਈਬ ਕਰ ਲਓ। ਅਤੇ ਇਹ ਗੈਸ ਹੈਗਾ, ਠੀਕ ਹੈ ਜੀ, ਅਨੁਮਾਨ ਲਗਾਇਆ ਗਿਆ ਸਾਡੇ ਵੱਲੋਂ ਕਿ ਤੁਹਾਡੇ ਰਿਜ਼ਲਟ ਹੈਗਾ ਉਹ ਇਸ ਮਹੀਨੇ ਦੇ, ਠੀਕ ਹੈ ਜੀ, ਯਾਨੀ ਕਿ ਅਗਲਾ ਮਹੀਨਾ ਆ ਰਿਹਾ ਆਪਣਾ ਅਪ੍ਰੈਲ ਦੀ ਜਾਂ ਲਾਸਟ ਵੀਕ ਆ ਜਾਵੇਗਾ, ਜਾਂ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਤੁਹਾਡਾ ਉਹ ਰਿਜ਼ਲਟ ਹੈਗਾ ਉਹ ਡਿਕਲੇਅਰ ਕਰ ਦਿੱਤਾ ਜਾਵੇਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ। ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਹੋਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ।